ਵੀ ਜਿਹੜਾ ਭਗਵੰਤ ਮਾਨ ਆ ਇਹ ਜਿੱਦ ਕਰ ਲੈਂਦਾ ਜਿੱਦ ਕਰਕੇ ਹੁਣ ਬ੍ਰਿਜਿੰਦਰ ਨਾਲ ਟੱਕਰ ਲੈ ਕੇ ਬਹਿ ਗਿਆ ਇੱਥੇ ਇਹਨੇ ਮਰਨਾ ਹੁਣ ਜਿਹੜੀ ਜੰਗੇ ਆਜ਼ਾਦੀ ਯਾਦਗਾਰ ਜਿਹੜੀ ਆ ਕਰਤਾਰਪੁਰ ਦੇ ਕੋਲ ਬਣਾਈ ਗਈ ਸੀ ਜਿਹਦੇ ਵਿੱਚ ਸਰਦਾਰ ਬ੍ਰਿਜਿੰਦਰ ਸਿੰਘ ਹਮਦਰਦ ਬਤੌਰ ਪ੍ਰਬੰਧਕ ਕੰਮ ਕਰਦੇ ਰਹੇ ਸਕੱਤਰ ਕੰਮ ਕਰਦੇ ਰਹੇ ਆ ਔਰ ਉਹਨਾਂ ਨੂੰ ਜਾਣ ਬੁੱਝ ਕੇ ਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਵਾਸਤੇ ਟਾਰਗੇਟ ਕੀਤਾ ਜਾ ਰਿਹਾ ਜਿੱਦਾਂ ਦੀ ਬੀਜੇਪੀ ਆ ਉਦਾਂ ਦੀ ਇਹ ਆ ਕੇਜਰੀਵਾਲ ਵਾਲੇ ਬੰਦੇ ਇਹ ਠੀਕ ਆ ਵੀ ਦੋ ਤਰ੍ਹਾਂ ਬਦਨਾਮ ਸੀ ਸਿਆਸੀ ਇਹਨਾਂ ਦਾ ਦਾਅ ਲੱਗ ਗਿਆ ਪਰ ਇਹ ਬੰਦੇ ਇੱਕ ਤਰ੍ਹਾਂ ਦੀ ਬੀਜੇਪੀ ਦੀ ਬੀ ਟੀਮ ਹੈ ਜਿਹੜਾ ਅਜੀਤ ਨਾਲ ਧੱਕਾ ਕੀਤਾ ਉਹ ਹਮਦਰਦ ਨਾਲ ਜਿਹੜਾ ਉਹਨੂੰ ਨਹੀਂ ਕਰਨਾ ਚਾਹੀਦਾ ਹਮਦਰਦ ਨੂੰ ਉਦਾਂ ਜਿਹੜਾ ਵਿਜੀਲੈਂਸ ਅੱਗੇ ਪੇਸ਼ ਕਰਨਾ ਇਹ ਗਲਤ ਹੈ ਭਗਵੰਤ ਮਾਨ ਦੀ ਸਰਕਾਰ ਦਾ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ ਅਸੀਂ ਬ੍ਰਿਜਿੰਦਰ ਰਾਣਾ ਬੜਾ ਚਿਰਾਂ ਦਾ ਪੇਪਰ ਪੜਦੇ ਆ ਬਿਨਾਂ ਕਿਸੇ ਕਾਰਨ ਪਰੇਸ਼ਾਨ ਸ਼ੁਰੂ ਕਰਤਾ ਔਰ ਸਾਰਾ ਪੰਜਾਬ ਇਸ ਮੁੱਦੇ ਤੇ ਹੁਣ ਇਕੱਠਾ ਹੋ ਗਿਆ ਪੰਜਾਬ ਦੇ ਵਿੱਚ ਇੱਕ ਲੋਕਾਂ ਦੀ ਆਵਾਜ਼ ਚੁੱਕਣ ਵਾਲਾ ਅਜੀਤ ਜਿਹੜਾ ਅਦਾਰਾ ਹੈ ਉਹਦੇ ਉੱਤੇ ਵੀ ਜਿਹੜਾ ਉਹ ਜਿਹੜਾ ਅਦਾਰਾ ਹੈ ਉਹ ਜਦੋਂ ਲੋਕਾਂ ਦੇ ਹਿੱਤਾਂ ਦੀ ਪੁਸ਼ਤ ਪਨਾਈ ਕਰਦਾ ਹੈ ਤੇ ਸਰਕਾਰ ਨੂੰ ਬਹੁਤ ਔਖ ਲੱਗਦੀ ਆ ਜਿਹਦੇ ਕਰਕੇ ਪਹਿਲਾਂ ਇਸ ਅਖਬਾਰ ਦੇ ਇਸ਼ਤਿਹਾਰ ਦੇਣੇ ਬੰਦ ਕੀਤੇ ਗਏ ਸੀ ਤੇ ਉਦੋਂ ਬਾਅਦ ਹੋਰ ਹੱਥ ਕੰਡੇ ਵੱਤ ਕੇ ਜਿਹੜੇ ਅਖਬਾਰ ਦੇ ਮੁੱਖ ਸੰਪਾਦਕ ਨੇ ਉਹਨਾਂ ਨੂੰ ਵਿਜੀਲੈਂਸ ਵਰਗੀਆਂ ਈਡੀ ਵਰਗੀ ਏਜੰਸੀਆਂ ਦੇ ਰਾਹੀਂ ਪਰੇਸ਼ਾਨ ਕਰਕੇ ਤੇ ਸਰਕਾਰ ਦੇ ਹੱਕ ਦੇ ਵਿੱਚ ਲਿਖਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਇਹ ਤਾਰ ਤੇ ਰਾਘਵ ਚੱਡੇ ਤੋਂ ਹਿਲਦੀ ਅਸੀਂ ਸਪਸ਼ਟ ਕਹਿੰਦੇ ਚਲਾਉਂਦਾ ਇਹ ਸਰਕਾਰ ਰਾਘਵ ਚੱਡਾ ਰਾਘਵ ਚੱਡਾ ਇੱਕ ਤਰ੍ਹਾਂ ਦਾ ਸਰਕਾਰ ਦਾ ਮੋਹਰੀ ਆ ਸਾਰਾ ਉਹ ਕੰਮ ਕਰਦਾ ਜਿਸ ਤਰ੍ਹਾਂ ਮੀਡੀਆ ਤੇ ਹੱਲਾ ਕੀਤਾ ਜਾ ਰਿਹਾ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਦਬਾਉਣ ਦੇ ਲਈ ਦਬਾਅ ਪਾਇਆ ਜਾ ਰਿਹਾ ਕਿ ਲੋਕਾਂ ਦੀ ਆਵਾਜ਼ ਜਿਹੜਾ ਮੀਡੀਆ ਚੁੱਕਦਾ ਆ ਜਿਹਦੇ ਨਾਲ ਲੋਕਾਂ ਦੇ ਅੰਦਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਰਕਾਰ ਤੱਕ ਪਹੁੰਚਦੀਆਂ ਪਰ ਸਰਕਾਰ ਆਪਣੇ ਜ਼ਬਰ ਰਾਹੀਂ ਦਬਾਉਣਾ ਚਾਹੁੰਦੀ ਆ ਜੋ ਅਜੀਤ ਤੇ ਹੱਲਾ ਕੀਤਾ ਨਵਸ਼ਰਨ ਨਾਮਵਰ ਇਹਨਾਂ ਦਾ ਮਿੱਤਰ ਸੀ ਬ੍ਰਿਜਿੰਦਰ ਹੋਣਾ ਦਾ ਗੁਰਸ਼ਰਨ ਸੋ ਨਾਟਕਕਾਰ ਉਹਦੀ ਧੀ ਨੂੰ ਪਰੇਸ਼ਾਨ ਕਰਦੇ ਆ ਜਿਹੜਾ ਵੀ ਕੋ ਅਖਬਾਰ ਜਿਹੜਾ ਕੋਈ ਵਿਅਕਤੀ ਜਿਹੜਾ ਵੀ ਕੋ ਸੰਸਥਾ ਜਿਹੜਾ ਇਹਨਾਂ ਦੇ ਉੱਤੇ ਸੱਚ ਦੀ ਆਵਾਜ਼ ਕਰਦਾ ਵਾ ਉਹਦੇ ਵਿਰੁੱਧ ਕੋਈ ਨਾ ਕੋਈ ਆਪਣੀਆਂ ਏਜੰਸੀਆਂ ਲਾ ਕੇ ਮਗਰ ਉਹਨੂੰ ਪਰੇਸ਼ਾਨ ਕਰਦੇ ਜਿਵੇਂ ਜੀਤ ਅਖਬਾਰ ਦੇ ਡਾਕਟਰ ਬ੍ਰਿਜਿੰਦਰ ਸਿੰਘ ਨੂੰ ਕੀਤਾ ਗਿਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਸੁਰਿੰਦਰਪਾਲ ਸਿੰਘ ਵਰਪਾਲ ਅੱਜ ਅੰਮ੍ਰਿਤਸਰ ਦੇ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਜਾਂ ਹਮਖਿਆਲੀ ਜਥੇਬੰਦੀਆਂ ਨੇ ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਟਰੇਡ ਯੂਨੀਅਨ ਅਤੇ ਹੋਰ ਜਿਹੜੇ ਜਮਹੂਰੀਅਤ ਦੇ ਹੱਕ ਵਿੱਚ ਲੜਨ ਵਾਲੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਰੋਸ ਮਾਰਚ ਕਰਕੇ ਅਰਥੀ ਫੂਕ ਮੁਜ਼ਾਹਰੇ ਵੀ ਕੀਤੇ ਜਾਣਗੇ ਸਭ ਤੋਂ ਵੱਡੀਆਂ ਜੋ ਮੰਗਾਂ ਨੇ ਉਹਨਾਂ ਦੀ ਸਭ ਤੋਂ ਅਹਿਮ ਮੰਗ ਜਿਹੜੀ ਆ ਉਹ ਹੈ ਅਜੀਤ ਦੇ ਖਿਲਾਫ਼ ਪੰਜਾਬ ਸਰਕਾਰ ਦਾ ਜੋ ਵਰਤੀਰਾ ਇਸ ਵੇਲੇ ਅਪਣਾਇਆ ਗਿਆ ਉਸਦੇ ਵਜੋਂ ਰੋਸ ਦੇ ਵਿੱਚ ਇਹ ਅਰਥੀ ਮੁਜ਼ਾਹਰਾ ਜਿਹੜਾ ਹੈ ਕੀਤਾ ਜਾਵੇਗਾ ਸੋ ਦੂਸਰੀ ਅਹਿਮ ਜਿਹੜੀ ਮੰਗ ਹੈ ਉਹ ਇਹ ਹੈ ਕਿ ਜਿਹੜੀ ਜੰਤਰ ਮੰਤਰ ਵਿਖੇ ਪਹਿਲਵਾਨਾਂ ਵੱਲੋਂ ਧਰਨਾ ਲਗਾਇਆ ਗਿਆ ਸੀ ਉਸਦੇ ਹੱਕ ਦੇ ਵਿੱਚ ਇਹ ਜਥੇਬੰਦੀਆਂ ਅੱਜ ਉਤਰੀਆਂ ਨੇ ਸੋ ਦੋ ਅਹਿਮ ਮੁੱਦਿਆਂ ਦੇ ਉੱਤੇ ਅੱਜ ਇਹਨਾਂ ਵੱਲੋਂ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਨੇ ਸੋ ਡੀਸੀ ਦਫ਼ਤਰ ਦੇ ਬਾਹਰ ਅੱਜ ਇਹ ਇਕੱਠ ਕੀਤਾ ਗਿਆ ਹੈ ਵੱਖ ਵੱਖ ਜਥੇਬੰਦੀਆਂ ਵੱਲੋਂ ਸੋ ਉਹਨਾਂ ਜਥੇਬੰਦੀਆਂ ਦੇ ਵਿੱਚ ਜਿਹੜੇ ਆਗੂ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੱਖ ਵੱਖ ਜਿਹੜੇ ਤਕਰੀਰਾਂ ਨੇ ਉਹ ਵੀ ਕੀਤੀਆਂ ਜਾ ਰਹੀਆਂ ਨੇ ਸੋ ਖਾਸ ਤੌਰ ਤੇ ਗੱਲਬਾਤ ਕਰਾਂਗੇ ਕਿ ਜੋ ਅਹਿਮ ਮੰਗਾਂ ਦੇ ਉੱਤੇ ਅੱਜ ਧਿਆਨ ਕੇਂਦਰਿਤ ਕੀਤਾ ਗਿਆ ਹੈ ਉਸ ਦੇ ਵਿੱਚ ਕੀ ਕੁਝ ਜਿਹੜਾ ਹੈ ਅੱਜ ਖਾਸ ਹੈ ਕਿਉਂਕਿ ਜਿਹੜੀਆਂ ਅਹਿਮ ਮੰਗਾਂ ਨੇ ਉਹ ਅਹਿਮ ਮੰਗਾਂ ਜਿਹੜੀਆਂ ਨੇ ਕੁਝ ਸਮੇਂ ਤੋਂ ਹੀ ਲਗਾਤਾਰ ਸਰਗਰਮੀ ਦੇ ਨਾਲ ਇੱਥੇ ਦੇਖੀਆਂ ਜਾ ਸਕਦੀਆਂ ਨੇ ਸੋ ਇਸ ਵੇਲੇ ਸਾਡੇ ਨਾਲ ਜਤਿੰਦਰ ਸਿੰਘ ਛੀਨਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਗੱਲਬਾਤ ਕਰਾਂਗੇ ਛੀਨਾ ਸਾਹਿਬ ਅੱਜ ਜਿਹੜੀਆਂ ਦੋ ਅਹਿਮ ਮੰਗਾਂ ਨੇ ਕਿਹੜੀਆਂ ਕਿਹੜੀਆਂ ਨੇ ਕੀ ਕਹਿਣਾ ਚਾਹੋਗੇ ਜੀ ਅੱਜ ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਯੂਨੀਅਨ ਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਜੋ ਦਿੱਲੀ ਦੇ ਅੰਦਰ ਔਰਤ ਭਲਵਾਨਾਂ ਦੇ ਨਾਲ 28 ਤਰੀਕ ਨੂੰ ਉਹਨਾਂ ਦਾ ਮੋਰਚਾ ਖਾੜ ਦਿੱਤਾ ਗਿਆ ਔਰ ਉਹਨਾਂ ਦੇ ਉੱਤੇ ਜਦੋਂ ਉਹ ਨਵੇਂ ਸੰਸਦ ਭਵਨ ਦੇ ਜਿਹੜੇ ਉਦਘਾਟਨੀ ਸਮਾਗਮ ਵੱਲ ਨੂੰ ਜਾ ਰਿਹਾ ਸੀ ਤਾਂ ਉਹਨਾਂ ਦੇ ਰਾਹ 'ਚ ਤਸ਼ੱਦਦ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਵੀ ਉਹਨਾਂ ਦੀ ਜਿਹੜੀ ਜੋ ਉਹਨਾਂ ਦੇ ਦੋਸ਼ ਨੇ ਉਹਨਾਂ ਦੋਸ਼ਾਂ ਨੂੰ ਜਿਹੜਾ ਅਣਦੇਖਿਆ ਕੀਤਾ ਜਾ ਰਿਹਾ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਇਸ ਸਾਰੇ ਕੁਝ ਦਾ ਇਨਸਾਫ਼ ਲੈਣ ਲਈ
भारत भर दिया ट्रेड यूनियन ते संयुक्त किसान मोर्चा जिहड़ा ओ अज दे संघर्ष च शामिल आ। सरकार विरुद्ध प्रदर्शन होगा, सरकार की जिहड़ी आ ओ अर्थी साड़ी जाऊगी। और दूसरा इहदे च नाल दी नाल आ भी आर एस एस की बी टीम जिहड़ी पंजाब च राज करदी आम आदमी पार्टी आ, जो ओ पंजाब दे अंदर पत्रकारां नूं वख-वख अखबारां नूं जीत पंजाबी ट्रिब्यून जां जिहड़े यूट्यूबर ने जो उन्हां नाल दुर्व्यवहार कर रही है, जो उन्हां नूं दबाउण दी उन्हां दी जबानबंदी की कोशिश की जा रही है, जिस तरह वरजिंदर सिंह हमदर्द जी जिहड़े चीफ एडिटर ने अजीत अखबार दे उन्हां नूं जो हुण विजिलेंस जांच उन्हां ते बिठाई गई आ, उन्हां सारिआं इस तरह के वर्तारिआं की निखेधी करन लई विरोध करन लई और सारिआं नूं इंसाफ दिवाउण लई खरी लोगों के जमहूरी हकों नूं जिहड़ा उह उच्चा चुकण लई अज दा जिहड़ा इह अंदोलन है उह कीता जा रिहा है। की कुछ समझते हो जिस तरीके दे नाल सरकार वालों दबाउण दी कोशिश की जा रही है, पहला इश्तिहारबंद किए जाते हैं, फिर पत्रकारों पर रोक लाई जाती है, उस तो बाद जो विजिलेंस का हाथ टोका उसको बनाया जाता है, ये सारे वर्तारे ने किवें देखते हो? ये वर्तारा उ जो केंद्र के अंदर बीजेपी ने जिहड़ा वर्तारा एक गोदी मीडिया जिहड़ा पैदा किया, और इस तरह आर एस एस की बी टीम आम आदमी पार्टी पंजाब च भी जिहड़ा प्रमुख मीडिया उन्होंने अपना गोदी मीडिया बनाना चाहती है, और हर ढंग तरीका जिहड़ा बाल शाल वाल जो सारा कुछ जिहड़ा वो वरत के वो ये पत्रकार जगत नूं चुकाउणा चाहुंदी आ ते सरकार दी बोली बोलण लई जिहड़ा वो मजबूर करना चाहुंदी आ। पर पंजाब दे लोग नखीले लोग ने, पंजाब दी पत्रकारी भी नखीली पत्रकारी आ, वो इस जिहड़ा इन्हां दा ये मकसद आ आम आदमी पार्टी दा वो पूरा जिहड़ा नहीं हुंदे, और जो जमहूरी ताकतां जिहड़ियां ने वो पत्रकार भाईचारे नाल ਉਹਨਾਂ ਦੀ ਆਜ਼ਾਦਾਨਾ ਆਵਾਜ਼ ਲਈ ਜਿਹੜਾ ਉਹ ਡਟ ਕੇ ਜਿਹੜਾ ਉਹਨਾਂ ਦਾ ਸਮਰਥਨ ਜਿਹੜਾ ਕਰਨਗੇ। ਬੀਤੇ ਦਿਨੀ ਡਾਕਟਰ ਨਿੱਜਰ ਹੋਣਾ ਨੇ ਆਵਾਜ਼ ਜਿਹੜੀ ਸੀ ਚੱਕੀ ਸੀ, ਉਹਨਾਂ ਨੇ ਕਿਹਾ ਸੀ ਵੀ ਜੋ ਰਿਐਲਿਟੀ ਹੈ ਜੋ ਚੈੱਕ ਹੈ ਉਹ ਉਹਦੇ ਮੁਤਾਬਕ ਕੰਮ ਹੋਣਾ ਚਾਹੀਦਾ, ਜਾਣ ਬੁੱਝ ਕੇ ਜਿਹਾ ਕੰਮ ਨਹੀਂ ਹੋਣਾ ਚਾਹੀਦਾ, ਸੋ ਉਹਨਾਂ ਦੀ ਵੀ ਬੜੀ ਲੈ ਗਈ, ਇਸ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਫੈਸਲੇ? ਦੇਖੀਏ ਕੋਈ ਵੀ, ਮੈਂ ਪਹਿਲਾਂ ਗੱਲ ਕਹਿਤੀ ਵੀ ਪੰਜਾਬੀ ਇਹਨੂੰ ਬਰਦਾਸ਼ਤ ਨਹੀਂ ਕਰਨਗੇ, ਪੰਜਾਬੀ ਡਾਕਟਰ ਨਿੱਜਰ ਹੋਣਾ ਆਪਣੇ ਅਹੁਦੇ ਦੀ ਉਹਨਾਂ ਨੂੰ ਪਤਾ ਹੈ ਜੇ ਮੈਂ ਬੋਲੂੰ ਤਾਂ ਮੇਰਾ ਅਹੁਦਾ ਜਾਂਦਾ ਰਹੂ, ਇਸ ਗੱਲ ਦੀ ਪਰਵਾਹ ਨਾ ਕਰਦੇ ਹੋਇਆਂ ਉਹ ਇੱਕ ਸਹੀ ਗੱਲ ਦੇ ਉੱਤੇ ਬੋਲੇ ਨੇ, ਔਰ ਉਹਦੀ ਉਹਨਾਂ ਨੂੰ ਕੀਮਤ ਜੇ ਦੇਣੀ ਪਈ ਆ ਤਾਂ ਉਹਦੇ ਲਈ ਉਹ ਕੁਰਬਾਨੀ ਕਰਨ ਲਈ ਤਿਆਰ ਹੀ ਸਨ, ਤਾਂ ਹੀ ਉਹ ਬੋਲੇ ਨੇ। ਔਰ ਪੰਜਾਬੀ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਚੌਧਿਆਂ ਦੇ ਬੈਠੇ, ਕੁਝ ਕੋਈ ਮੰਤਰੀ ਹੋਰ ਵੀ ਬੋਲ ਸਕਦੇ ਆ, ਕੋਈ MLA ਬੋਲ ਸਕਦੇ, ਜਿਹਦੀ ਜ਼ਮੀਰ ਜਾਗੂਗੀ ਉਹ ਜ਼ਰੂਰ ਬੋਲੂਗਾ। ਸੋ ਇਹ ਸਨ ਜਤਿੰਦਰ ਸਿੰਘ ਛੀਨਾ ਅਤੇ ਹੋਰ ਵੀ ਜਿਹੜੇ ਆਗੂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਰੋਸ ਮੁਜ਼ਾਹਰਾ ਹੈ, ਅਰਥੀ ਫੂਕ ਮੁਜ਼ਾਹਰਾ ਹੈ, ਉਸ ਦੇ ਲਈ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਰਦਾਰ ਸਤਨਾਮ ਸਿੰਘ ਅਜਨਾਲਾ, ਕਿਸਾਨ ਜਥੇਬੰਦੀਆਂ ਦੇ ਇੱਕ ਵੱਡੇ ਜਿਹੜੇ ਚਿਹਰੇ ਨੇ। ਅਜਨਾਲਾ ਸਾਹਿਬ, ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦਾ ਸਰਕਾਰ ਦਾ ਰਵੱਈਆ ਹੈ, ਉਸਦੇ ਅੱਜ ਖਿਲਾਫ਼ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ, ਅਰਥੀ ਫੂਕ ਮੁਜ਼ਾਹਰਾ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਵੇਖੋ, ਮੈਂ ਕਹਿਣਾ ਇਹ ਚਾਹੁੰਦਾ ਵੀ ਅੱਜ ਸਾਰੇ ਦੇਸ਼ ਵਿੱਚ ਜਿਹੜਾ ਡੈਮੋਕਰੇਟਿਕ ਰਾਈਡ ਹੈ, ਜਿਹੜੀ ਜਮਹੂਰੀਅਤ ਆ, ਜਿਹੜਾ ਵੀ ਕੋਈ ਅਖਬਾਰ, ਜਿਹੜਾ ਵੀ ਕੋਈ ਵਿਅਕਤੀ, ਜਿਹੜਾ ਵੀ ਕੋਈ ਸੰਸਥਾ ਜਿਹੜਾ ਇਹਨਾਂ ਦੇ ਉੱਤੇ ਸੱਚ ਦੀ ਆਵਾਜ਼ ਕਰਦਾ ਵਾ, ਉਹਦੇ ਵਿਰੁੱਧ ਕੋਈ ਨਾ ਕੋਈ ਆਪਣੀਆਂ ਏਜੰਸੀਆਂ ਲਾ ਕੇ ਮਗਰ ਉਹਨੂੰ ਪਰੇਸ਼ਾਨ ਕਰਦੇ, ਜਿਵੇਂ ਅਜੀਤ ਅਖਬਾਰ ਦੇ ਡਾਕਟਰ ਬਰਜਿੰਦਰ ਸਿੰਘ ਨੂੰ ਕੀਤਾ ਗਿਆ, ਜਦੋਂ ਕੋਈ ਇਹਦਾ ਸੰਬੰਧ ਨਹੀਂ ਕੋਈ ਇਹਦਾ। ਹਾਂ, ਸੋ ਇਸ ਕਰਕੇ ਅੱਜ ਅਸੀਂ ਉਹ ਵੀ ਉਹਦੀ ਨਿੰਦਾ ਕਰਦੇ ਹਾਂ। ਨਾਲ ਦੀ ਨਾਲ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਜੰਤਰ ਮੰਤਰ ਤੇ ਭਲਵਾਨਾਂ ਨੇ ਉਹ 2 ਸਾਲ 200-300 ਜਿਹੜੀਆਂ ਔਰਤਾਂ ਨੇ, ਜਿਹੜੀਆਂ ਭਲਵਾਨ ਨੇ, ਨੇਜੇ ਮਾਰਦੀਆਂ ਐਥਲੀਟ ਨੇ, ਉਹਨਾਂ ਨੇ ਬੜੀ ਸਹਿਣਸ਼ੀਲਤਾ ਜਿਹੜੀ ਉਹ ਵਿਖਾਈ ਵੀ ਸ਼ਾਇਦ ਯਾਰ ਅਸੀਂ ਸ਼ਿਕਾਇਤ ਲਾਵਾਂਗੇ ਕੀ ਹੋਊਗਾ। ਆਪਣੇ ਉੱਥੇ ਅਫਸਰਾਂ ਕੋਲ ਜਾਂਦੀਆਂ ਰਹੀਆਂ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਉਹਨਾਂ ਨੇ ਹਾਰ ਕੇ ਫਿਰ ਆਪਣੀ ਉਹ ਸੰਸਥਾ ਨਾਲ ਗੱਲ ਕੀਤੀ, ਹੋਰ ਲੋਕਾਂ ਨਾਲ ਕੀਤੀ, ਜੰਤਰ ਮੰਤਰ ਦੇ ਉੱਤੇ ਉਹਨਾਂ ਨੇ ਇੱਥੇ ਮੋਰਚਾ ਲਾ ਦਿੱਤਾ, 1.5 ਮਹੀਨਾ ਮੋਰਚਾ ਚੱਲਿਆ। ਹਰ ਇੱਕ ਨੂੰ ਡੈਮੋਕਰੇਟਿਕ ਰਾਈਟ ਆ ਵੀ ਮੰਨ ਲਓ 28 ਮਈ ਆ, 28 ਮਈ ਨੂੰ ਉਹਨਾਂ ਨੂੰ ਕੀ ਪਤਾ 28 ਮਈ ਨੂੰ ਕੀ ਕਰਨ ਡਿਆ ਤੁਸੀਂ? ਉਹਨਾਂ ਨੇ ਪਾਰਲੀਮੈਂਟ ਵੱਲੋਂ ਮਾਰਚ ਕੀਤਾ ਵਾ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਉਹਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ। ਨਾਲ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਔਰਤ ਆ ਉਹ ਸਾਡੇ ਸਮਾਜ ਦੀ ਸਿਰਜਣਹਾਰ, ਜਿਹੜਾ ਮੋਦੀ ਆ ਉਹ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ,
जी आर एस एस है मजबूरी ना उन्हें एक दो मंत्री बनाए हैं। वैसे वो आर एस एस जी औरतों अगे नहीं आना देना चाहती। सो इसे भावना के अधीन जरा औरतों के प्रति उन्होंने नफरत है। अजे तक वेखो ना प्रधानमंत्री ने मूँह नहीं खोलिया, वो किसी वजीर ने नहीं खोलिया। जे इतने निजर डॉक्टर ने बड़ा अमन पसंद आ, जे इन्हें कहा भी ये गल जी ये हमदर्द विरुद्ध गलत आ तो उसकी वजीरी कर दी। सो इस करके साडे देश जिहड़े हालात बने आ उन्होंने विरुद्ध संयुक्त किसान मोर्चा जिहड़ा वा जिहड़ी लोगों नूं जबान दित्ती आ, लोगों नूं हक देता वा जिहड़ा सरकारां नूं दित्ता, लोगों ने हक देता भी लोगो अपने हकों वास्ते लड़ो। उहदे विचों ही भलवान उठे आ, साडे नाल गल होई आ, पर उह इन्ने भावुक हो गए आ। होना नहीं सी चाहीदा इन्हां नूं कि असी गंगा माई नूं अपने जिहड़े तगमे जाके सुट देने भेट कर। यह गलत है, असी इहदे नाल सहमत नहीं गे। असी लड़ाई करिए मरन वरतना ही नहीं गे सहमत। साडे मोर्चे च एक बंदे ने मरन वरत दा इशारा कीता सी, दो महीने बाहर कढ दित्ता सी। बलदेव सिंह सरसा जिहड़ा ये जान बच्चे करनाल जाके मरत वरत रख लिया, असीं दो महीने मोर्चे च बाहर कढता। सो इस करके मोर्चा ये सैकुलर होवे, डेमोक्रेटिक होवे, जात पात तों उपर होवे, धर्म आधारित ना ना हो, धर्म निरपक्ष होते उत्ते असीं जान मारन तक जिहड़ा जावांगे, लड़ांगे खीरले दम तक भी इन्हां नूं इंसाफ मिले। वो जिहड़ा गुंडा वा 35-36 केस उत्ते ब्रिज भूषण शरण सिंह दे उत्ते पहला ही एम पी बनाया इन्होंने। मेरा ख्याल है कि तीसरा हिस्सा जी पार्लीमेंट के 303 इन्होंने मैंबर आ गुंडे लुच्चे चोर चक्के जेड़े आ वो पार्लीमेंट के मैंबर बने। लोकतंत्र की गल करती सी आम आदमी पार्टी भी, लोकतंत्र बहुत जरूरी है, पर जो हूँ अदारा गल करता है लोगों की गल करता है ओदे नाल अजिहा तशद्दुद करना, उसनू खज्जल करना, उसनू दबाउण दी कोशिश करना, तुसीं ओदे किस चेहरे नूं देखदे हो सरकार दे? नहीं, असीं ते वेखो ये सरकार तिन्नां चौं चीज़ां ते आई सी कि असीं लोकां नूं इंसाफ देवांगे, लोकां दे डेमोक्रेटिक वैल्यूज नूं रखांगे, भ्रिष्टाचार नूं बंद करांगे, थाणियां कचहरियां दे विच लोकां नूं इंसाफ मिलो। ये कोई गल नहीं जो रही, थाने ते डबल काम हो गया, कचहरियां च डबल काम हो गया, जेडे लोगों के राइट आ। बरजिंदर सिंह कल्ले दी मिसाल नहीं, बहुत लोगों की मिसाल, जेड़ा भी इन्हां दे विरुद्ध गल करदा जे आ निजर ने डॉक्टर ने कीती आ तो उन्हें शंट आउट कर दिता। हाँ जी, सो डॉक्टर बरजिंदर की जित होगी, कोई ऐसी गल नहीं गी, लोग नाल आ। कोई भी मोर्चा जरा कोई भी डिमांड आ जे उहदे पिछे मास पार्टिसिपेशन आ वह नहीं कदी हारती। किसी बहुत वड्डे फिलोसफर ने कहा एनी कोई मोर्चा जिहड़ा बेस्ड ऑन जेन्युइन डिमांड ऑलवेज श्योर टू विन, ये जितया जाएगा, ये भी मोर्चा जितया जाना, लोग नाल ने प्रदेश नाल आ। सो इस करके ही लड़ाई नूं अखीर तक खड़ांगे। देखो साडा समूहक जिहड़ा मोर्चा अज हैगा ही इहदा ब्रिज भूषण दा पुतला साड़ना, पर उहदे च अहीं प्रैस नोट च वी पाया वी जिहड़ा भगवंत मान आ ਇਹ ਜਿੱਦ ਕਰ ਲੈਂਦਾ, ਜਿੱਦ ਕਰਕੇ ਹੁਣ ਬਰਜਿੰਦਰ ਨਾਲ ਟੱਕਰ ਲੈ ਕੇ ਬਹਿ ਗਿਆ, ਇੱਥੇ ਇਹਨੇ ਮਰਨਾ ਹੁਣ। ਸਾਡੀ ਸਮਝ ਆ, ਸਾਡੀ ਸਮਝਦਾਰੀ ਆ ਵੀ ਵੇਖੋ ਅਸੀਂ ਬਰਜਿੰਦਰ ਹੋਣਾ ਨਾਲ ਬੜਾ ਚਿਰਾਂ ਦਾ ਪੇਪਰ ਪੜਦੇ ਆ, ਬਿਨਾਂ ਕਿਸੇ ਕਾਰਨ ਪਰੇਸ਼ਾਨ ਸ਼ੁਰੂ ਕਰਤਾ ਔਰ ਸਾਰਾ ਪੰਜਾਬ ਇਸ ਮੁੱਦੇ ਤੇ ਹੁਣ ਇਕੱਠਾ ਹੋ ਗਿਆ। ਅਸੀਂ ਇਹਦੀ ਨੋਮੀਨੇਸ਼ਨ ਕਰਦੇ ਹਾਂ। ਵੇਖੋ ਰਾਜ ਸਭਾ 'ਚ ਨੋਮੀਨੇਟਰ ਹੈ, ਲਿਖਾਰੀ ਅੱਛੇ ਆ, ਇਹ ਕਿਹੜਾ ਕਾਰੋਬਾਰ ਆ ਵੀ ਉੱਥੇ ਸ਼ਹੀਦੀ ਸਮਾਰਕ ਬਣਿਆ, ਆਵੇ ਸਪੀਕਰ ਇੱਧਰ ਉੱਥੇ ਬਣਿਆ, ਨਾ ਕੋਈ ਲੈਣਾ ਨਾ ਦੇਣਾ, ਇੱਕ ਬੰਦੇ ਦਾ ਗਾਈਡ ਕਰਨ ਦੇ ਉੱਤੇ ਹੀ ਕਰ ਦਿਓ। ਨੰਬਰ 2 ਤੇ ਨਵਸ਼ਰਨ ਨਾਮਵਾਰ ਇਹਨਾਂ ਦਾ ਮਿੱਤਰ ਸੀ ਬਰਜਿੰਦਰ ਹੋਣਾ ਦਾ, ਗੁਰਸ਼ਰਨ ਸਿੰਘ ਨਾਟਕਕਾਰ, ਉਹਦੀ ਧੀ ਨੂੰ ਪਰੇਸ਼ਾਨ ਕਰਦੇ ਆ। ਤੀਜਾ ਸਾਡਾ ਮੁੱਦਾ ਮੇਨ ਸੀ ਜਿਹੜਾ ਜਿੱਥੇ ਅਸੀਂ ਫੋਕਸ ਕਰ ਰਹੇ ਹਾਂ ਉਹ ਬ੍ਰਿਜ ਭੂਸ਼ਣ ਆ, 1000 ਲਟਕੀ ਮਲਸਟ ਹੋਈ ਆ, ਰੇਪ ਕਿੰਨੀਆਂ ਹੋਈਆਂ ਅਜੇ ਸਾਰੀਆਂ ਕਿ ਆਈਆਂ ਨਹੀਂ ਮੋਹਰੇ, ਕਿੰਨੀਆਂ ਨਾ ਰੇਪ ਹੋਏ ਆ, ਦੁਸ਼ਕਰਮ ਕਰਦਾ ਰਿਹਾ ਰਾਮੀ ਔਰ ਉਹਨੂੰ ਕੋਈ ਉਹਦੀ ਵਾਲ ਨਹੀਂ ਵੇਂਦਾ। 5 ਜੂਨ ਨੂੰ ਉਹਦੇ ਹੱਕ 'ਚ ਰੈਲੀ ਰੱਖੀ ਆ, 5 ਜੂਨ ਨੂੰ ਅਸੀਂ ਅੱਜ ਤੋਂ ਬਾਅਦ ਹਰ ਪਿੰਡ 'ਚ ਅਸੀਂ ਇਕੱਠੇ ਹੋ ਗਏ ਸੰਯੁਕਤ ਮੋਰਚੇ ਦੇ ਕਾਰਕੁਨ ਪੁਤਲੇ ਫੂਕਾਂਗੇ। ਕਾਰਨ ਆ ਵੀ ਨਾ ਟੈਨੀ ਨੂੰ ਕੁਝ ਕਹਿੰਦੇ ਆ, ਨਾ ਬ੍ਰਿਜ ਨੂੰ ਕਹਿੰਦੇ ਆ, ਉਲਟਾ ਜਿਹੜਾ ਬੰਦਾ ਕੁਸਕਦਾ ਇੰਨਾ ਅੱਗੇ ਜਿੱਦਾਂ ਦੀ ਬੀਜੇਪੀ ਆ ਉੱਦਾਂ ਦੀ ਇਹ ਆ ਕੇਜਰੀਵਾਲ ਵਾਲੇ ਬੰਦੇ। ਇਹ ਠੀਕ ਆ ਵੀ ਦੋ ਧਿਰਾਂ ਬਦਨਾਮ ਸੀ ਸਿਆਸੀ, ਇਹਨਾਂ ਦਾ ਦਾਲ ਲੱਗ ਗਿਆ, ਪਰ ਇਹ ਬੰਦੇ ਇੱਕ ਤਰ੍ਹਾਂ ਦੀ ਬੀਜੇਪੀ ਦੀ ਬੀ ਟੀਮ ਆ।
ਉਹ ਅਸੀਂ ਤਾਂ ਵੀ ਜੀ ਪੂਰੇ ਭਰੋਸੇਯੋਗਤਾ ਨਾਲ ਆਨੇ ਆ ਵੀ ਕਾਰਪੋਰੇਟ ਜੀ ਲੁੱਟਦੇ ਆ ਕਿਤੇ ਨੰਬਰ 1 ਕਮਿਊਨਲਿਜ਼ਮ ਇਹ ਫਲਾਉਂਦੇ ਆ ਕਦੇ ਮਿਨੋਰਟੀ ਦੇ ਹੱਕ 'ਚ ਨਹੀਂ ਉੱਥੇ ਸ਼ਹੀਨ ਬਾਗ ਮੋਰਚਾ ਚੱਲਿਆ ਇਹਨੂੰ ਕਦੇ ਨਜ਼ਰ ਨਹੀਂ ਆਉਂਦਾ ਕੇਜਰੀਵਾਲ ਨੂੰ ਇੱਕ ਵਾਰ ਨਹੀਂ ਉੱਥੇ ਗਿਆ ਵੀ ਮੇਰੀ ਜਿਹੜੀ ਹਿੰਦੂ ਫਨੈਟਾਸਿਜ਼ਮ ਦੀ ਵੋਟ ਆ ਉਹ ਘਟੇਗਾ ਇਸ ਕਰਕੇ ਅਸੀਂ ਸਮਝਦੇ ਵੀ ਇਹ ਬੀਜੇਪੀ ਦਾ ਦੂਜਾ ਰੂਪ ਆ ਇਹ ਪੰਜਾਬ ਦੇ ਲੋਕ ਸਾਡੇ ਭਲੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਅੱਜ ਦਾ ਸਾਡਾ ਪ੍ਰੋਟੈਸਟ ਆ 5 ਜੂਨ ਨੂੰ 3 ਦਿਨ ਆ ਅਸੀਂ ਪਿੰਡੋ ਪਿੰਡੀ ਪੁਤਲੇ ਫੂਕ ਕੇ ਅੱਜ ਵਾਲੇ ਮੁੱਦੇ ਫੇਟ ਆਵਾਂਗੇ दर्शन सो दे बेटे जेड़ा वेखो माड़ा जिहा उहने विचारे ने बयान नहीं दिता भी इह धक्का ना करो ते उहनूं उत्थे वेले इस्तीफा लै लिया इक घंटा लगा इह तार ते राघव चड्डे तों हिलदी अहीं स्पष्ट कहिंदे चलाउंदा इह सरकार राघव चड्डा राघव चंडा एक तरह का सरकार का मोहरी आ सारा वह काम करता इस करके अं गलत समझते हैं लोकतंत्र मुका रहे लोकतंत्र डिमोलिश कर रहे डिसमेंटल कर रहे हैं लगातार असी जिहड़ियां पीपल्स वैल्यू आ डेमोक्रेटिक लोगों के राइट आते अं तगड़े होकर लड़ांगे पूरी तरह दलेरी असी वड्डा इत्ते प्रतिरोध करांगे कोई इदां दी गल नहीं जलंधर च कल विरोध है शाम के वेले यही लगातार अपना विरोध जारी रख मेरा नाम है लखबीर सिंह निजामपुरा सूबा मीत प्रधान आल इंडिया किसान सभा पंजाब अज असी संयुक्त किसान मोर्चे के सदे ते केंद्र के अंदर जो पिछले लंबे समय तो जो कुछ वापरिया खास करके 28 तरीक तो महिला पहलवाना दे नाल जिस तरीके ना साडी देश की सरकार ने ट्रीटमेंट किया जिस तरीके से तशद्दुद किया विरोध के अज असी मंग पत्र दिता और दोषी जिहड़ा ब्रिज भूषण आ पुतला साड़िया वो नाल ही अज के इकट्ठ के अंदर मंग की है कि पंजाब के अंदर जिहड़ी पंजाब सरकार आ सेम उही पैटर्न लागू कर रही है जो केंद्र के अंदर केंद्र सरकार अपनी एजेंसियां राही प्रेस की आवाज़ को दबाउण वास्ते जमहूरी संस्थावां नूं डराउण वास्ते उही तरीका पंजाब के अंदर भगवंत मान की सरकार कर रही है यदि सब तो उगड़वी मिसाल जिहड़ी जंगे आजादी यादगार जिहड़ी आ करतारपुर के कोल बनाई गई सी जिहदे विच सरदार बरजिंदर सिंह हमदर्द बतौर प्रबंधक काम करते रहे सकत्र काम करते रहे और उन्होंने जान बुझ के प्रेस की आजादी को दबाने वास्ते जिस तरीके टारगेट किया जा रहा भैन जी नवशरण जिहड़े जमहूरी हकों की लगातार लड़ रहे हैं और भाजी गुरशरण सिंह की बेटी है जिसका एक अपनी किस्म का रिकॉर्ड इस देश के अंदर रहा और यह देश के अंदर केंद्र तो लैके सूबे तक जिहड़ियां सरकारां वो एक खास नीति के तहत देश के अंदर प्रेस की जिहड़ी आवाज़ है उन्हें दबाउण वास्ते जिहड़ा काम कर रही जशहरी आजादियां दबण वास्ते जिहड़ा अपने एजेंडे नूं लगातार अगे वधा रही विरोध के अज असी इत्थे इकट्ठे हो के डीसी दफ्तर के अंदर जिहड़ा अपना इत्थों दे डिप्टी कमिश्नर राही मानयोग राष्ट्रपति नूं मंग पत्र दिता कि जे केंद्र सरकार ने जां राष्ट्रपति ने इन्हां मामलों के अंदर दखलअंदाजी ना की तां असी 5 तरीक नूं पूरे देश के अंदर पिंड पिंड शहर शहर जिहड़ा दोषी जिहड़ा ब्रिज भूषण उहदी मतलब जिहड़ा गिरफ्तारी वास्ते पुतले साड़ांगे और उहदे तों बाद च संयुक्त किसान मोर्चा एक वड्डा प्रोग्राम जिहड़ा वो देश दे लोकां नूं दऊगा क्योंकि असी इन्हां बेटियां दी जिहड़ी आन ते शान दी राखी करन वास्ते जो भी सानूं लोड़ पई उह कदम चुकण लई असी मजबूर होवांगे। हाँ जी, मैं कावड़ धनवंत सिंह खतराए कलां कृतिक सैनी जी पंजाब दा सूबा सकत्तर आ। अज असी संयुक्त मोर्चे की कॉल के सदे के उत्ते जिहड़ा प्रोटेस्ट किया पुतले फूके गए आ कि जिहड़े हिंदुस्तान दीआं पहलवान खिडारना ने जंतर मंत्र दे शांतमी धरना चल रहा सी 28 तरीक नूं अचानक मोदी सरकार ने जिहड़ा उन्हां दा जबर करके उन्हां दा धरना उठाया ते जमहूरी हक्कां दे उत्ते छापा ते उह असी पूर जोरों की जिहड़ी आ निंदा करदे आ ते और जिहड़ा पंजाब सरकार है ये जिहड़ी आ किसानां नाल मजाक कर रही है जिहड़े लारे ला रही है तो जिहड़ा प्रेस मीडिया का गला घुट रही है प्रेस मीडिया का कतल कर रही है इन्हां नूं खुल आजादी होनी चाहिए प्रेस मीडिया साडे किसानां मजदूरां दा गल उठाउंदी है साडी हक सच की आवाज उठाउंदी है इहदे ते जिहड़ा अजीत नाल धक्का कीता ਉਹ ਹਮਦਰਦ ਨਾਲ ਜਿਹੜਾ ਉਹਨੂੰ ਨਹੀਂ ਕਰਨਾ ਚਾਹੀਦਾ ਹਮਦਰਦ ਨੂੰ ਉਦਾਂ ਜਿਹੜਾ ਵਿਜੀਲੈਂਸ ਅੱਗੇ ਪੇਸ਼ ਕਰਨਾ ਇਹ ਗਲਤ ਹੈ ਭਗਵੰਤ ਮਾਨ ਦੀ ਸਰਕਾਰ ਦਾ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ ਅਤੇ ਪ੍ਰੈਸ ਮੀਡੀਆ ਦੀ ਆਜ਼ਾਦੀ ਜਿਹੜੀ ਬਹਾਰ ਰੱਖਣੀ ਚਾਹੀਦੀ ਆ ਪ੍ਰੈਸ ਨੂੰ ਖੁੱਲ੍ਹ ਆਜ਼ਾਦੀ ਦੇਣੀ ਚਾਹੀਦੀ ਆ ਇਹ ਅੱਜ ਦਾ ਸੁਨੇਹਾ ਜਿਹੜਾ ਅਸੀਂ ਮੀਡੀਆ ਰਾਹੀਂ ਦੇ ਰਹੇ ਹਾਂ ਕਿ ਸਾਰੇ ਮੀਡੀਆ ਨੂੰ ਆਜ਼ਾਦੀ ਹੋਣੀ ਚਾਹੀਦੀ ਆ ਕਿ ਪੂਰਾ ਖੁੱਲ੍ਹ ਕੇ ਜਿਹੜੀ ਲੋਕਾਂ ਦੀ ਆਵਾਜ਼ ਬਣੇ। ਧੰਨਵਾਦ।
बोलिए मैं बघेल सिंह जिला प्रेस सकत्र अमृतसर भारतीय किसान यूनियन एकता उग्र हाँ। अज असी जिहड़ा इत्थे डीसी दफ्तर विखे धरना दे रहे हैं रोस मुजहरा कर रहे हैं उहदा कारण यह आ कि जिहड़ा जो संयुक्त किसान मोर्चे ने सदा दिता है कि जिहड़ियां साडियां नौजवान बच्चियां ने धीआं ने उन्होंने अणथक मेहनत करके दिन रात मेहनत करके खून पसीना वहा के ते सारे भारत वास्ते जिहड़े मैडल जित के हिंदुस्तान की सरकार ते देशवासियों की झोली च पाए आ अज सरकार जिहड़ी आ उस समय दौरान हिंदुस्तान का प्रधानमंत्री से सारा देश उन्होंने वास्ते वाह वाह करता सी ते वो राष्ट्र जिहड़े गाने से लाए जाते सी ते अज जिहड़ा जो कुश्ती संघ का पहल प्रधान आ जिहड़ा ब्रिज भूषण उहदे वल्लों साल 2012 तो लगातार इन्हां धीआं दे नाल जिहड़ा शरीरक शोषण किया जा रहा इन्हां दी इज्जत आबरू नूं हत्थ पाया जा रहा जिहदे विरोध च उहनां बहुत वड्डा हौसला करके क्योंकि साडे समाज दे अंदर औरत जाति जदों कोई अपने हक्कां दी खातर लड़दी है तो उहनूं साडे मर्द प्रधान जिहड़ा समाज आ उह वख-वख तरीकिआं दे नाल बदनाम करके जां उहदी जवान नूं बंद करन वास्ते जतन करदा शाबाश है उहनां धीआं दे जिन्हां ने अपनी इज्जत आबरू राखी करन वास्ते जिहड़ा यूपी दा बहुबली आ ब्रिज भूषण जिहदा जिन्हों थापड़ा प्रधानमंत्री मोदी का अमित शाह का उहदे विरोध च उन्होंने सड़कों पर बह के अपनी आवाज़ को बुलंद किया बावजूद ही सरकार ने उन्होंने कोई सुनवाई नहीं की अखीर उन्होंने सुप्रीम कोर्ट का सहारा लेना पाया तो सुप्रीम कोर्ट वालों जो फैसला किया गया कि ये विरुद्ध जी एफ आई आर करके कार्रवाई की जाए वो बावजूद भी जी हिंदुस्तान की जी मोदी हुकूमत आ फाशीवादी हुकूमत आ जी तानाशाही हुकूमत आना धियां साफ देने की बजाय जिहड़ा ब्रिज भूषण है उन्हों बचाउण विच लगी हुई है जे तो यह साफ जाहर हो रहा है कि हिंदुस्तान की जिहड़ी केंद्रीय जिहड़ी हुकूमत जिहड़ा प्रधानमंत्री टीवी के उत्ते मन की बात के उत्ते गल्लां करता है कि बेटी बचाओ बेटी पढ़ाओ अज साडे वास्ते सवाल खड़ा हो गया कि जे बेटी पढ़ाओ तो इन्हां दे कोलों बचाओ इस करके जो संयुक्त किसान मोर्चे ने सदा दिता है भारतीय किसान यूनियन एकता उग्र हां पहलां भी पहलकदमी की आ ते पूरे पंजाब के अंदर जिहड़े संघर्ष जिहड़ा वढ़िया होया ते अज जिहड़ा संयुक्त किसान मोर्चे ने सदा दिता है उस सदे तहत असीं अज इत्थे डीसी दफ्तर रोस मुजहरा करके ते उन्हां धीआं दे इंसाफ वास्ते असीं मंग कर रहे हां कि उन्हां नूं इंसाफ दिता जावे ते शर्म दी गल इस दी आ केंद्र सरकार वास्ते कि एक पासे उह जिहड़ी नवीं संसद भवन बणिया जिहदे च पहलां वी 75 साल तों तमाशे हो रहे ड्रामे हो रहे आ लोगों के हितों वास्ते कानून नहीं बनाए जाते सरमाएदारा के कारपोरेट घराणा वास्ते कानून बनाए जाते अज जो उस समय चाहिए दे सी कि जिन्हां धीआं ने देश का नाम रोशन किया उन्हां धीआं नूं नवीं संसद के अंदर बिठा के हार पा के बिठाउंदे पर उन्हां धीआं नूं दिल्ली के अंदर उदण संसद भवन का जिदा उद्घाटन किया सड़कों के उत्ते घसीटे गया उन्होंने वाल खोए गए तो उन्होंने परचे दर्ज किए गए इस कार्रवाई की असीं निंदा करदे आं ते जिहड़ा संयुक्त किसान मोर्चे ने सदा दिता है कि 5 तरीक नूं वी अगे असीं सारे सब डिवीजन पद्धर दे उत्ते रोस मुजहरे करके ते सारे कस्बे दे अंदर मार्च करके ते ब्रिज भूषण दा जिहड़ा पुतला फूकांगे ते मंग करांगे कि सरकार को कि ब्रिज भूषण नूं सारे अहुदेयां तों बरखास्त किया जाए ते तुरंत उहनूं गिरफ्तार करके ते उत्ते जिहड़ी बणदी आ कानूनी कार्रवाई की जाए इहदे नाल असीं समझदे आं कि हिंदुस्तान की सरकार जिहड़ी आ जिहड़ा प्रेस जिहड़ी चौथा थंब आ हिंदुस्तान दा जमहूरीयत दा थंब जिहनूं दसदे आ पहलां बहुत सारा मीडिया जिहड़ा उहनूं गोदी मीडिया दा नां दित्ता जा चुका पर पंजाब दे विच इक लोकां दी आवाज़ चुकण वाला अजीत जिहड़ा अदारा है उहदे उत्ते भी जिहड़ा उह जिहड़ा अदारा है उह जदों लोकां दे हितां दी पुष्ट पनाई करदा है ते सरकार नूं बहुत औख लगदी आ जिहदे करके पहलां इस अखबार दे इश्तिहार देणे बंद कीते गए सी ते उहदों बाद होर हथकंडे वरत के जिहड़े अखबार दे मुख संपादक ने उहनां नूं विजिलेंस वर्गियां ईडी वर्गी एजेंसियां दे राहीं परेशान करके ते सरकार दे हक दे विच लिखण वास्ते मजबूर किया जा रहा असीं इस गल दी भी निखेधी करदे हां कि मीडिया जिहड़ा प्रेस आ उहनूं आजाद रहण दित्ता जावे ते तां कि लोकां दे हितां दी जिहड़ी राखी कर सके ते असीं केंद्र सरकार नूं चेतावनी दिंदे हां कि जे तुसीं इह ब्रिज भूषण नूं गिरफ्तार ना कीता ते आउण वाले समें दे अंदर पिंडां दे अंदर जिहड़ा मोदी हुकूमत दे पैरां थले असीं अग बालांगे ते सारियां अपणियां मावां भैणां नूं इस घोल दे विच शामिल करके वड्डी लड़ाई जित के ते उह जिहड़ियां धीआं साडियां कुश्ती पहलवान ने उहनां नूं इंसाफ दिवाउण तक जंग जिहड़ी जारी रखां। मैं कश्मीर सिंह तंगाई जिला प्रधान भारतीय किसान यूनियन एकता उग्र हाँ। अज जिहड़ा संयुक्त किसान मोर्चे के सदे ते पहलवान कुड़ियों के हक केंद्र की मोदी सरकार के विरुद्ध डीसियां राही मंग पत्र देने राष्ट्रपति के नाते
ਉਹ ਕਾਨੂੰਨ ਲਾਗੂ ਕਰਦੇ ਆ ਜਿਹੜਾ ਵੱਡੀ ਗਿਣਤੀ 'ਚ ਅਸੀਂ ਇੱਥੇ ਪਹੁੰਚੇ ਆ ਤੇ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਲੋਕ ਘੋਲ ਆ ਹੋਰ ਭਖੂਗਾ ਕਿਉਂਕਿ ਜਿਹੜੇ ਸਰਕਾਰ ਦੇ ਤਸ਼ੱਦਦ ਨੇ ਉਹ ਹਰ ਵਰਗ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਉਹ ਚਾਹੇ ਇਥੋਂ ਦਾ ਕਿਸਾਨ ਆ ਮਜ਼ਦੂਰ ਆ ਚਾਹੇ ਠੇਕਾ ਕੰਮ ਆ ਚਾਹੇ ਮੁਲਾਜ਼ਮ ਨੇ ਚਾਹੇ ਪਹਿਲਵਾਨ ਕੁੜੀਆਂ ਨੇ ਨਾਲ ਜਿਹੜਾ ਚੌਥਾ ਥੰਮ ਮੀਡੀਆ ਜਿਸ ਤਰ੍ਹਾਂ ਮੀਡੀਆ ਤੇ ਹੱਲਾ ਕੀਤਾ ਜਾ ਰਿਹਾ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਦਬਾਉਣ ਦੇ ਲਈ ਦਬਾਅ ਪਾਇਆ ਜਾ ਰਿਹਾ ਕਿ ਲੋਕਾਂ ਦੀ ਆਵਾਜ਼ ਜਿਹੜਾ ਮੀਡੀਆ ਚੁੱਕਦਾ ਆ ਜਿਹਦੇ ਨਾਲ ਲੋਕਾਂ ਦੇ ਅੰਦਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਰਕਾਰ ਤੱਕ ਪਹੁੰਚਦੀਆਂ ਪਰ ਸਰਕਾਰ ਆਪਣੇ ਜਬਰ ਰਾਹੀਂ ਦਬਾਉਣਾ ਚਾਹੁੰਦੀ ਆ ਜੋ ਅਜੀਤ ਤੇ ਹੱਲਾ ਕੀਤਾ ਉਹਦੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਆਜ਼ਾਦ ਰਹਿਣ ਦਿੱਤਾ ਜਾਏ ਤੇ ਲੋਕਾਂ ਦੀ ਆਵਾਜ਼ ਜਿਹੜੀ ਆ ਅਜੀਤ ਜਿਸ ਤਰ੍ਹਾਂ ਬਣੀ ਆ ਉਹਦੇ ਆਉਣ ਵਾਲੇ ਸਮੇਂ 'ਚ ਵੀ ਬਣ ਸਕੇ ਇਹ ਗੱਲ ਦੀ ਅਸੀਂ ਪੂਰੀ ਜ਼ੋਰ ਨਿਖੇਧੀ ਕਰਦੇ ਹਾਂ ਸਰਕਾਰ ਸੋ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਜਿਸ ਦੇ ਵਿੱਚ ਅਹਿਮ ਦੋ ਮੰਗਾਂ ਜਿਹੜੀਆਂ ਰੱਖੀਆਂ ਗਈਆਂ ਨੇ ਖਾਸ ਕਰਕੇ ਅਜੀਤ ਨਾਲ ਜੋ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਤਰੀਕੇ ਦਾ ਪੰਜਾਬ ਸਰਕਾਰ ਕੋਸ਼ੇ ਹੱਥ ਕੰਡੇ ਅਪਣਾ ਰਹੀ ਹੈ ਉਸ ਦੇ ਖਿਲਾਫ ਵੀ ਖਾਸਾ ਰੋਸ ਜਿਹੜਾ ਜ਼ਾਹਰ ਕੀਤਾ ਉੱਥੇ ਦੂਸਰੇ ਪਾਸੇ ਜਿਹੜਾ ਪਹਿਲਵਾਨ ਲੜਕੀਆਂ ਨੇ ਉਹਨਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਹੈ ਉਸ ਦੇ ਲਈ ਵੀ ਉਹਨਾਂ ਨੇ ਅੱਜ ਆਵਾਜ਼ ਬੁਲੰਦ ਕੀਤੀ ਹੈ ਹਰਿੰਦਰ ਸਿੰਘ ਨਾਲ ਸੁਰਿੰਦਰਪਾਲ ਸਿੰਘ ਵਰਪਾਲ ਅੰਮ੍ਰਿਤਸਰ